ਘੋੜੀਆਂ ਰੱਖਣ ਦੇ ਸ਼ੌਂਕੀ ਚੈਨਲ ਦੇਖ ਰਹੇ ਸਾਰੇ دوست ਮਿੱਤਰਾਂ ਦਾ ਸਵਾਗਤ ਹੈ। ਦੋਸਤੋ ਜਿਹੜੀ ਘੋੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਘੋੜੀ ਰੇਸਰ ਘੋੜੀ ਆ ਬਾਈ ਦੀ ਤੇ ਏਸੇ ਘੋੜੀ ਕਰਕੇ ਬਾਈ ਨੇ 3 ਲੱਖ ਰੁਪਏ ਦੀ ਸਪੈਸ਼ਲ ਗੱਡੀ ਬਣਵਾਈ ਆ ਸਕਾਰਪਿਓ ਪਿੱਛੇ ਪੈਂਦੀ ਆ ਖੇਲਾਂ ਤੇ ਆਉਣ ਜਾਣ ਨੂੰ। ਕਹਿੰਦਾ ਕਿਹੜਾ ਡੇਲੀ ਟੈਂਪੂਆਂ ਨੂੰ ਕਰਾਇਆ ਦਿੰਦਾ ਰਹੇ। ਆਓ ਬਾਈ ਤੁਹਾਨੂੰ ਦਿਖਾਉਨੇ ਆ ਘੋੜੀ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਉਹ ਗੱਡੀ ਜਿਹੜੀ ਬਾਈ ਨੇ ਤਿਆਰ ਕਰਾਈ ਆ ਆਓ ਕਰਦੇ ਆ ਬਾਈ ਨਾਲ ਗੱਲ ਬਾਈ ਇਹ ਆ ਡੱਬੀ ਘੋੜੀ ਰੇਸਰ ਘੋੜੀ ਆ ਜਿਹੜੀ ਖੇਡਾਂ ਤੇ ਨੰਬਰ ਕਰਦੀ ਆ ਬਾਈ ਗਪਾਲ ਕ੍ਰਿਸ਼ਨ ਦੀ ਬਾਈ ਖੇਡਾਂ ਦਾ ਸ਼ੌਂਕ ਕਿਵੇਂ ਪੈ ਗਿਆ ਤੂੰ ਖੇਡਾਂ ਤੇ ਕਿਵੇਂ ਜਾਣ ਲੱਗ ਗਿਆ ਗਪਾਲ ਬਸ ਮੇਰੇ ਆਪਣੇ ਆੜੀ ਨਾਲ ਇੱਕ ਵਾਰੀ ਗਿਆ ਸੀ ਗੇਮ ਪਾ ਹੂੰ ਜਦ ਉੱਥੇ ਮਾਸਟਰ ਨਾਂ ਬੋਲਦਾ ਹਾਂ ਬਾ ਫਿਰ ਆਦੀ ਜਿੰਨਾ ਨਸ਼ਾ ਹੋ ਜਾਂਦਾ ਵੀ ਇਹ ਬੋਲਣਾ ਚਾਹੀਦਾ ਬਾਈ ਦੋ ਚੇਹੇ ਹਾਰੋ ਬਾਈ ਕਹਿੰਦਾ ਜਦੋਂ ਖੇਲ ਤੇ ਘੋੜੀ ਨੰਬਰ ਕਰਦੀ ਆ ਨਾ ਤੇ ਮਾਸਟਰ ਨੋ ਬੋਲਦਾ ਅਧਿਏ ਜਿੰਨਾ ਨਸ਼ਾ ਹੋ ਜਾਂਦਾ 바ਕਾ ਹੀ ਗੱਲ ਹੈਗੀ ਵੀ ਇਦਾਂ ਹੀ ਆ ਸਹੀ ਗੱਲ ਆ ਬਾਈ ਦੀ ਘੋੜੀ ਤੇ ਰੂਹ ਵੀ ਲਾਈ ਹੋਈ ਆ ਬਾਈ ਨੇ ਦੇਖ ਲੋ ਬਲਡੋਜ਼ਰ ਵਰਗੀ ਕਰੀ ਪਈ ਆ ਪਿੱਠ ਪੁੜੇ ਤੋਂ ਘੋੜੀ ਐਨ ਗੱਲ ਬਣਾਈ ਪਈ ਆ ਦੇਖੋ ਘੋੜੀ ਦਾ ਇਹ ਮੇਰੇ ਛਾਨ ਹੈ ਜੀ ਫਾਰਮ ਦੀ ਬਾਈ ਕਹਿੰਦਾ ਮੇਰੇ ਫਾਰਮ ਦੀ ਸ਼ਾਨ ਆਏ ਡੱਬੀ ਘੋੜੀ ਇਹਦੇ ਕਰਕੇ ਉਹ ਬਾਈ ਤੁਸੀਂ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਗੱਡੀ 3 ਲੱਖ ਦੀ ਬਣਾਈ ਆ ਹਾਂਜੀ ਇਹਦੇ ਕਰਕੇ ਉਹ ਬਣਾਈ ਆ ਉਹ ਇਹ ਤੇ ਰਾਂਝੇ ਦੇ ਇਹਨੂੰ ਲੈ ਕੇ ਜਾਣੇ ਨੂੰ ਹਾਂਜੀ ਤੇ ਰਾਂਝੇ ਵਾਸਤੇ ਆਪਾਂ ਨੇ ਮਰਤੋ ਕਰੀ ਆ ਠੀਕ ਆ ਠੀਕ ਆ ਰਾਂਝੇ ਦੇ ਵੀ ਯਾਦ ਰਹੇ ਰਾਂਝੇ ਦੀ ਯਾਦ ਰਹੇ ਉਹਦੇ ਪਿੱਛੇ ਰਾਂਝੇ ਦੀ ਫੋਟੋ ਵੀ ਆ ਮੇਰੇ ਦੋਏ ਤੀਜਾ ਮੇਰੇ ਕੋਲ ਫਾਰਮ ਦੀ ਸ਼ਾਨ ਹੈ ਇੱਕ ਬਾਈ ਕਹਿੰਦਾ ਰਾਂਝਾ ਕੋੜਾ ਤੇ ਇੱਕ ਇਹ ਡੱਬੀ ਕੋੜੀ ਕਹਿੰਦੇ ਫਾਰਮ ਦੀ ਸ਼ਾਨ ਨੇ ਤੁਹਾਨੂੰ ਗੱਡੀ ਵੀ ਦਿਖਾਉਨੇ ਆ ਜਿਹੜੀ ਬਾਈ ਨੇ ਇਹ ਘੋੜੀ ਲਈ ਤਿਆਰ ਕਰਵਾਈ ਆ ਬੰਦੋ ਬਾਈ ਕਰ ਦੋ ਅੰਦਰ ਬਾਈ ਜੀ ਇਹ ਗੱਡੀ ਆ ਜਿਹੜੀ ਬਾਈ ਨੇ ਘੋੜੀ ਖੇਲ ਤੇ ਲੈ ਕੇ ਜਾਣ ਵਾਸਤੇ ਤਿਆਰ ਕਰਵਾਈ ਆ 3 ਲੱਖ ਦਾ ਬਜਟ ਆ ਗੱਡੀ ਦਾ ਤੇ ਹੁਣ ਤਾਂ ਲੌਕਡਾਊਨ ਕਰਕੇ ਖੇਲਾ ਹੁੰਦੀਆਂ ਨਹੀਂ ਬਾਈ ਜੀ ਉਹਨਾਂ ਨੇ ਅੰਦਰ ਲਾਈ ਹੋਈ ਆ ਗੱਡੀ ਏਸੇ ਕਰਕੇ ਨਹੀਂ ਤਾਂ ਸ਼ਿੰਗਾਰੀ ਪਈ ਹੁੰਦੀ ਆ ਦਗ-ਦਗ ਕਰਦੀ ਆ ਮੈਂ ਤੁਹਾਨੂੰ ਦੱਸ ਦਿੰਨਾ ਇੱਕ ਵਾਰ ਨਾ ਅਸੀਂ ਚੰਡੀਗੜ੍ਹ ਚਲੇ ਗਏ ਇਹ ਗੱਡੀ ਲੈ ਕੇ ਉੱਥੇ ਦੁਨੀਆ ਬਾਹਰ ਖੜ-ਖੜ ਦੇਖਦੀ ਦੀ ਸਕਾਰਪਿਓ ਦੇ ਪਿੱਛੇ ਪਾਈ ਹੋਈ ਦੀ ਬਾਈ ਗਪਾਲ ਗ੍ਰਿਸ਼ਨ ਨਾਲ ਮੈਂ ਵੀ ਚਲੇ ਗਿਆ ਦੁਨੀਆ ਚੌਂਕਾਂ 'ਚ ਖੜ-ਖੜ ਗੱਡੀਆਂ ਨੂੰ ਖੜਾ-ਖੜਾ ਕੇ ਰੋਡ ਤੇ ਦੇਖਦੇ ਸੀਗੇ ਇਹ ਗੱਡੀ ਨੂੰ ਹੁਣ ਲਾਕਡਾਊਨ ਕਰਕੇ ਸਾਈਡ ਤੇ ਲਾਈ ਹੋਈ ਆ ਖੈਰ ਰੱਬ ਸੁੱਖ ਰੱਖੇ ਪ੍ਰਮਾਤਮਾ ਦੀ ਕਿਰਪਾ ਨਾਲ ਖੇਲਾ ਚੱਲ ਪੈਣੀ ਆ ਹੁਣ ਤੇ ਗੱਡੀ ਤੁਸੀਂ ਦੇਖੋਗੇ ਵੀ ਘੋੜੀਆਂ ਖੇਲਾ ਤੇ ਆਉਣਗੀਆਂ ਤੇ ਫੇਰ ਐਦਾਂ ਹੀ ਸ਼ਿੰਗਾਰਨਗੇ ਇਹਨੂੰ ਗੱਡੀ ਨੂੰ ਹੁਣ ਲਾਕਡਾਊਨ ਕਰਕੇ ਅੰਦਰ ਘੜਾਈ ਹੋਈ ਆ ਧੰਨਵਾਦ ਬਾਈ ਫਿਰ ਮਿਲਦੇ ਆ ਅਗਲੀ ਵੀਡੀਓ ਚ